ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੀ ਯੂਟਿਊਬ ਚੈਨਲ ਹਰੀਕਾ ਜੋਬ ਅਲਰਟ 'ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈੱਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ ਪੰਜਾਬ ਵੱਲੋਂ ਦੋਸਤੋ ਨਵੀਂ ਅਪਡੇਟ ਨਿਕਲ ਕੇ ਆਈ ਆ। ਨਵੀਂ ਅਪਡੇਟ ਇਹੀ ਆ ਜੀ ਕਿ ਪੰਜਾਬ ਮਿਊਂਸੀਪਲ ਭਵਨ ਦੇ ਅੰਡਰ ਜਿਹੜੀਆਂ ਪੋਸਟਾਂ ਸੀਗੀਆਂ, ਜਿਹਦੇ ਵਿੱਚ ਫਾਇਰਮੈਨ ਦੀ ਜਿਹੜੀ ਭਰਤੀ ਸੀਗੀ ਇਸ਼ਤਿਹਾਰ ਇੱਕ ਆਫ 2023, ਅਤੇ ਜਿਹੜੀ ਇਹ ਭਰਤੀ ਆ ਇਹ ਤੁਹਾਡੀ PSSB ਦੇ ਥਰੂ ਭਰਤੀ ਆਈ ਸੀਗੀ। ਕਾਫੀ ਮਸਲਾ ਵੀ ਇਸ ਭਰਤੀ ਦਾ ਚੱਲਦਾ ਰਿਹਾ, ਅਤੇ ਹੁਣ ਜਿਹੜੇ ਇਹਦੇ ਵਿੱਚ ਪਹਿਲਾਂ ਜਿਹੜੇ ਕੈਂਡੀਡੇਟ ਬੁਲਾਏ ਗਏ ਸੀਗੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ, ਡਿਪਾਰਟਮੈਂਟ ਵੱਲੋਂ ਜਿਹੜੇ ਕੈਂਡੀਡੇਟ ਬੁਲਾਏ ਗਏ ਸੀ ਉਹ ਬੁਲਾਏ ਗਏ ਸੀ 27 ਫਰਵਰੀ 2024 ਨੂੰ ਜੀ। ਠੀਕ ਹੈ, ਉਹ ਨੰਬਰ ਆਫ ਜਿੰਨੇ ਵੀ ਕੈਂਡੀਡੇਟਸ ਹੈਗੇ ਸੀ ਉਹਦੀ ਲਿਸਟ ਵਗੈਰਾ ਆਪਾਂ ਪਹਿਲਾਂ ਇਹਨਾਂ ਡੇਟਸ ਦੇ ਵਿੱਚ ਟੈਲੀਗ੍ਰਾਮ 'ਤੇ ਪਾਈ ਹੋਈ ਆ, ਤੁਸੀਂ ਉੱਥੇ ਦੇਖ ਲੈਣਾ, ਚੈੱਕ ਕਰ ਲੈਣਾ। ਅਤੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਨਗਰ ਨਿਗਮ ਕਾਡਰ ਵਿੱਚ ਫਾਇਰਮੈਨ ਦੀਆਂ ਅਸਾਮੀਆਂ ਸੰਬੰਧੀ ਗੈਰ ਹਾਜ਼ਰ ਉਮੀਦਵਾਰਾਂ ਦੇ ਅਸਲ ਵਿੱਦਿਅਕ ਯੋਗਤਾ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਚੈੱਕ ਕਰਵਾਉਣ ਅਤੇ ਆਪਸ਼ਨ ਦੇਣ ਸੰਬੰਧੀ। ਤਾਂ ਇਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਦੱਸਿਆ ਜਾਂਦਾ ਕਿ ਵਿਸ਼ਾ ਅੰਕ ਕੇਸ ਸੰਬੰਧੀ ਅਧੀਨ ਸੇਵਾਵਾਂ ਚੋਣ ਬੋਰਡ ਮੋਹਾਲੀ ਵੱਲੋਂ ਪ੍ਰਾਪਤ ਹੋਈਆਂ ਉਮੀਦਵਾਰਾਂ ਦੀਆਂ ਸਿਫਾਰਿਸ਼ਾਂ ਅਨੁਸਾਰ 27/2024 ਨੂੰ ਅਸਲ ਵਿੱਦਿਅਕ ਯੋਗਤਾ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਚੈੱਕ ਕਰਵਾਉਣ ਅਤੇ ਆਪਸ਼ਨ ਦੇਣ ਦੇ ਲਈ ਇਸ ਵਿਭਾਗ ਵਿਖੇ ਬੁਲਾਇਆ ਗਿਆ ਸੀਗਾ। ਠੀਕ ਹੈ ਜੀ, 27/2 ਨੂੰ ਬੁਲਾਏ ਸੀ ਕੈਂਡੀਡੇਟ, ਪਰੰਤੂ ਨਾਲ ਨੱਥੀ ਸੂਚੀ ਵਿੱਚ ਇਹ ਉਮੀਦਵਾਰ ਗੈਰ ਹਾਜ਼ਰ ਸਨ। ਤਾਂ ਇੱਕ ਲਿਸਟ ਆਈ ਹੈ ਜਿਹਦੇ ਵਿੱਚ 27 ਕੈਂਡੀਡੇਟਸ ਦੀ ਉਹ ਲਿਸਟ ਹੈ, 27 ਉਮੀਦਵਾਰਾਂ ਦੀ ਸੂਚੀ ਹੈ ਜਿਹੜੀ ਹੈਗੀ ਹੈ ਨੱਥੀ ਆ ਨਾਲ ਇਹਦੇ, ਅਤੇ ਉਸ ਲਿਸਟ ਦੇ ਵਿੱਚ ਦੱਸਿਆ ਗਿਆ ਕਿਹੜੇ ਕਿਹੜੇ ਕੈਂਡੀਡੇਟ ਐਬਸੈਂਟ ਰਹੇ ਆ। ਤਾਂ ਇਹਦੇ 'ਚ ਦੱਸਿਆ ਗਿਆ, ਇਸ ਲਈ ਆਪ ਨੂੰ ਮੁੜ ਲਿਖਿਆ ਜਾਂਦਾ ਹੈ ਕਿ ਆਪਣੇ ਅਸਲ ਵਿੱਦਿਅਕ ਯੋਗਤਾ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਚੈੱਕ ਕਰਵਾਉਣ ਅਤੇ ਆਪਸ਼ਨ ਦੇਣ ਲਈ 18/2024 ਨੂੰ ਸਵੇਰੇ 10 ਵਜੇ ਪੰਜਾਬ ਮਿਊਂਸੀਪਲ ਭਵਨ ਪਲਾਟ ਨੰਬਰ 3 Sector 35A ਚੰਡੀਗੜ੍ਹ ਵਿਖੇ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ। ਤਾਂ ਉਹਨਾਂ ਕੈਂਡੀਡੇਟਸ ਨੂੰ ਇੱਕ ਮੌਕਾ ਜਿਹੜਾ ਹੋਰ ਦਿੱਤਾ ਗਿਆ ਜਿਹੜੇ ਐਬਸੈਂਟ ਰਹੇ ਸੀਗੇ। ਤਾਂ ਜਿਹੜੇ ਵੀ ਦੇਖੋ ਕੈਂਡੀਡੇਟ ਐਬਸੈਂਟ ਰਹੇ ਆ, ਇਹਦੇ ਵਿੱਚ ਇੱਕ ਸੁਜੈਸ਼ਨ ਮੈਂ ਦੇਣੀ ਚਾਹਾਂਗਾ ਕੈਂਡੀਡੇਟਸ ਨੂੰ, ਜਿਹੜੇ ਵੀ ਐਬਸੈਂਟ ਕੈਂਡੀਡੇਟਸ ਆ, ਜੇ ਤੁਸੀਂ ਆਲਰੇਡੀ ਕਿਤੇ ਵਧੀਆ ਜਗ੍ਹਾ ਜੋਬ ਕਰ ਰਹੇ ਹੋ ਅਤੇ ਤੁਸੀਂ ਐਬਸੈਂਟ ਹੋ, ਮਤਲਬ ਤੁਸੀਂ ਨਹੀਂ ਜਾਣਾ ਚਾਹੁੰਦੇ ਡਾਕੂਮੈਂਟ ਵੈਰੀਫਿਕੇਸ਼ਨ 'ਤੇ, ਤਾਂ ਕਾਈਂਡਲੀ ਉਹਨਾਂ ਨੂੰ ਕੋਈ ਇੰਟੀਮੇਸ਼ਨ ਦੇ ਦਿਓ, ਡਿਪਾਰਟਮੈਂਟ ਨੂੰ ਕੋਈ ਮੇਲ ਕਰ ਦਿਓ ਜਾਂ ਕੋਈ ਫੋਨ ਕਾਲ ਦੇ ਥਰੂ ਉਹਨਾਂ ਨੂੰ ਦੱਸ ਦਿਓ। ਠੀਕ ਹੈ, ਜਾਂ ਕੋਈ ਇੱਕ ਸਿੰਪਲ ਲੈਟਰ ਲਿਖ ਕੇ ਉਹਨਾਂ ਨੂੰ ਮੇਲ ਕਰ ਦਿਓ, ਜਿਹੜਾ ਸਭ ਤੋਂ ਵਧੀਆ ਆਪਸ਼ਨ ਜਿਹੜੀ ਤੁਹਾਡੇ ਕੋਲ ਹੈਗੀ ਆ। ਠੀਕ ਹੈ ਜੀ, ਅਤੇ ਤਾਂ ਕਿ ਇਹਦੇ 'ਚ ਦੇਖੋ ਇਹ ਫਾਇਦਾ ਹੋ ਜਾਂਦਾ ਵੀ ਜੇ ਤੁਸੀਂ ਉਹਨਾਂ ਨੂੰ ਲਿਖਤੀ ਦੇ ਵਿੱਚ ਦੇ ਦਿੰਦੇ ਹੋ, ਉਹਨਾਂ ਨੂੰ ਇੰਟੀਮੇਟ ਕਰ ਦਿੰਦੇ ਹੋ ਕਿ ਅਸੀਂ ਨਹੀਂ ਆਉਣਾ ਚਾਹੁੰਦੇ ਡਾਕੂਮੈਂਟ ਵੈਰੀਫਿਕੇਸ਼ਨ 'ਤੇ, ਤਾਂ ਉਹਨਾਂ ਦਾ ਪ੍ਰੋਸੈਸ ਜਿਹੜਾ ਉਹ ਕੰਪਲੀਟ ਹੋ ਜਾਂਦਾ, ਅਤੇ ਫਿਰ ਅੱਗੇ ਦੇ ਜਿਹੜੇ ਵੇਟਿੰਗ ਵਾਲੇ ਕੈਂਡੀਡੇਟ ਆ ਉਹਨਾਂ ਨੂੰ ਫਾਇਦਾ ਹੋ ਜਾਣਾ ਇਸ ਚੀਜ਼ ਦਾ। ਠੀਕ ਹੈ, ਕਿਉਂਕਿ ਵੇਟਿੰਗ ਵਾਲੇ ਕੈਂਡੀਡੇਟਸ ਨੂੰ ਵੀ ਉਹ ਵੀ ਉਮੀਦਾਂ ਲਾ ਕੇ ਬੈਠੇ ਆ ਕਿ ਸਾਡਾ ਨੰਬਰ ਕਦੋਂ ਆਉਣਾ। ਠੀਕ ਆ, ਤਾਂ ਉਸ ਢੰਗ ਨਾਲ ਮੇਰੀ ਬੇਨਤੀ ਇਹੀ ਆ ਉਹਨਾਂ ਇਹਨਾਂ 27 ਕੈਂਡੀਡੇਟਸ ਨੂੰ ਵੀ, ਜੇਕਰ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਇੰਟੀਮੇਸ਼ਨ ਜ਼ਰੂਰ ਦਿਓ, ਡਿਪਾਰਟਮੈਂਟ ਨੂੰ ਜ਼ਰੂਰ ਜਾਣੂ ਕਰਵਾਓ। ਅਤੇ ਨੀਚੇ ਲਿਸਟ ਵੀ ਹੈਗੀ ਹੈ ਜੀ 27 ਕੈਂਡੀਡੇਟਸ ਦੀ, ਤਾਂ ਇਹ ਤੁਸੀਂ ਚੈੱਕ ਕਰ ਸਕਦੇ ਹੋ ਜੀ। ਜਿਹੜੇ ਜਿਹੜੇ ਵੀ ਐਬਸੈਂਟ ਕੈਂਡੀਡੇਟਸ ਹੈਗੇ ਆ, 20 ਕੈਂਡੀਡੇਟ ਇਹਦੇ ਵਿੱਚ ਹੈਗੇ ਆ ਜੀ, ਅਤੇ 7 ਕੁ ਕੈਂਡੀਡੇਟ ਜਿਹੜੇ ਇਹਦੇ ਵਿੱਚ ਹੈਗੇ ਆ। ਠੀਕ ਹੈ ਜੀ, ਤਾਂ ਮੈਰਿਟ ਵਗੈਰਾ ਆਪਣੀ ਦੇਖ ਲਓ ਕਿ ਕੈਂਡੀਡੇਟ ਕਿੰਨੇ ਨੰਬਰ ਆ ਉਹਨਾਂ ਦੇ ਜਿਹਨਾਂ ਨੂੰ ਬੁਲਾਇਆ ਜਾ ਰਿਹਾ, ਤਾਂ ਉੱਥੋਂ ਤੁਹਾਨੂੰ ਅੰਦਾਜ਼ਾ ਹੋ ਜਾਣਾ ਵੀ ਤੁਹਾਡੀ ਮੈਰਿਟ ਕਿੱਥੇ ਜੇ ਆ ਰਹੀ ਆ ਅਤੇ ਵੇਟਿੰਗ ਵਾਲੇ ਕਿੱਥੋਂ ਜੇ ਚੱਕੇ ਜਾਣੇ ਆ। ਠੀਕ ਹੈ ਜੀ, ਅਤੇ ਇਹ ਸੀ ਦੋਸਤੋ ਫਾਇਰਮੈਨ ਦੀ ਭਰਤੀ ਸੰਬੰਧੀ ਅਪਡੇਟ, ਅਤੇ ਵੇਟਿੰਗ ਲਿਸਟ ਜ਼ਰੂਰ ਆਏਗੀ, ਜ਼ਰੂਰ ਚੱਕੀ ਜਾਏਗੀ। ਠੀਕ ਹੈ, ਕਿਉਂਕਿ ਪਹਿਲਾਂ ਜਦੋਂ ਇਹ ਪ੍ਰੋਸੈਸ ਕੰਪਲੀਟ ਹੋਏਗਾ ਫਿਰ ਵੇਟਿੰਗ ਦੀ ਵਾਰੀ ਆਏਗੀ। ਤਾਂ ਉਮੀਦ ਉੱਤੇ ਲਾ ਕੇ ਰੱਖੋ ਅਤੇ ਡਿਪਾਰਟਮੈਂਟ ਨਾਲ ਆਪਣਾ ਰਾਬਤਾ ਕਾਇਮ ਕਰਕੇ ਰੱਖੋ। ਹੁਣ PSSB ਨਾਲ ਨਹੀਂ, ਹੁਣ ਤੁਸੀਂ ਸਥਾਨਕ ਸਰਕਾਰ ਵਿਭਾਗ ਨਾਲ ਆਪਣਾ ਰਾਬਤਾ ਕਾਇਮ ਕਰਕੇ ਰੱਖਣਾ, ਉੱਥੇ ਜੋ ਵੀ ਭਰਤੀ ਸੈੱਲ ਦੇ ਵਿੱਚ ਜੋ ਵੀ ਅਫਸਰ ਹੈਗੇ ਆ ਉਹਨਾਂ ਨਾਲ ਜਿਹੜਾ ਆਪਣਾ ਰਾਬਤਾ ਕਾਇਮ ਰੱਖੋ। ਠੀਕ ਆ, ਫਿਰ ਹੀ ਅੱਗੇ ਤੁਹਾਡਾ ਵੇਟਿੰਗ ਵਗੈਰਾ ਦਾ ਜਾਂ ਹੋਰ ਪ੍ਰੋਸੈਸ ਜਿਹੜਾ ਅੱਗੇ ਸ਼ੁਰੂ ਹੋਣਾ। ਅਤੇ ਇਹ ਸੀ ਅਪਡੇਟ ਦੋਸਤੋ, ਬਾਕੀ ਅਪਡੇਟ ਸੀ ਤੁਹਾਡੇ ਨਾਲ, ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।